ਟਰਾਲੀ ਦੇ ਵਿੱਚ ਭਰੇ ਬੋਰੇ ਜਿਹੜੇ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ, ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਕੋਈ ਅਨਾਜ ਨਹੀਂ, ਸਗੋਂ ਇਹ ਬੋਰੇ ਭੁੱਕੀ ਦੇ ਨਾਲ ਭਰੇ ਹੋਏ ਹਨ। ਤੁਹਾਨੂੰ ਦੱਸ ਦਈਏ ਕਿ ਨਵਾਂਸ਼ਹਿਰ ਪੁਲਿਸ ਨੇ ਇਹ 10 ਕੁਇੰਟਲ ਭੁੱਕੀ ਪਿੰਡ ਧਰਮਕੋਟ ਹੰਸਰੋ ਦੇ ਨੇੜੇ ਤੋਂ ਜਿਹੜੀ ਹੈ ਉਹ ਇੱਕ ਟਰੱਕ ਦੇ ਵਿੱਚੋਂ ਬਰਾਮਦ ਕੀਤੀ ਹੈ, ਅਤੇ ਇਹਦੇ ਨਾਲ ਹੀ ਜਿਹੜਾ ਇਹ ਉਹ ਦੋ ਦੋਸ਼ੀਆਂ ਨੂੰ ਕਾਬੂ ਵੀ ਕੀਤਾ ਗਿਆ ਹੈ। ਇਤਲਾਹ 'ਤੇ ਪਤਾ ਲੱਗਿਆ ਕਿ ਇਹ ਜਿਹੜੀ ਇਹ ਭੁੱਕੀ ਰਾਜਸਥਾਨ ਤੋਂ ਇਹ ਦੋਵੇਂ ਦੋਸ਼ੀ ਲੈ ਕੇ ਆਏ ਸੀ, ਅਤੇ ਇਹ ਜਿਹੜੀ ਹੈ ਦਵਿੰਦਰ ਕੁਮਾਰ ਉਰਫ ਲਾਲਾ ਜਿਹੜਾ ਪਿੰਡ ਖੋਜਾ ਦੇ ਵਿਖੇ ਪਹਿਲਾਂ ਰਹਿ ਰਿਹਾ ਸੀ, ਹੁਣ ਨਵਾਂਸ਼ਹਿਰ ਸਦੋ ਰੋਡ 'ਤੇ ਰਹਿ ਰਿਹਾ ਹੈ, ਉਸਦੇ ਹੀ ਕਹਿਣ 'ਤੇ ਜਿਹੜੀ ਹੈ ਇਹ ਭੁੱਕੀ ਰਾਜਸਥਾਨ ਤੋਂ ਲੈ ਕੇ ਆਏ ਸੀ। ਪੁਲਿਸ ਉਸੇ ਲੜੀ ਦੇ ਵਿੱਚ ਸਾਡੀ ਟੀਮ ਜਿਹਦੇ ਵਿੱਚ ਐਸ ਪੀ ਇਨਵੈਸਟੀਗੇਸ਼ਨ, ਡੀ ਐਸ ਪੀ ਨਵਾਂਸ਼ਹਿਰ, ਡੀ ਐਸ ਪੀ ਇਨਵੈਸਟੀਗੇਸ਼ਨ ਅਤੇ ਇੰਚਾਰਜ ਸੀ ਆਈ ਏ, ਇਹਨਾਂ ਦੀ ਟੀਮ ਨੇ ਇੱਕ ਟਰੱਕ ਤੋਂ ਭਾਰੀ ਰਿਕਵਰੀ ਕੀਤੀ ਹੈ। ਕਮਰਸ਼ੀਅਲ ਕੁਆਂਟਿਟੀ ਦੀ ਰਿਕਵਰੀ ਹੈ, 10 ਕੁਆਂਟਲ 1000 ਕੇਜੀ ਪੋਪੀ ਹਸਕ ਬਰਾਮਦ ਕੀਤੀ ਹੈ। ਜਦੋਂ ਸੀ ਆਈ ਏ ਇੰਚਾਰਜ ਦੀ ਟੀਮ ਨੇ ਪਿੰਡ ਹਸਰੋ ਤੋਂ ਧਰਮਕੋਟ ਲਿੰਕ ਰੋਡ 'ਤੇ ਇੱਕ ਟਰੱਕ ਨੂੰ ਕਾਬੂ ਕੀਤਾ, ਇਹਦੇ ਵਿੱਚੋਂ ਦੋ ਦੋਸ਼ੀਆਂ ਨੂੰ ਅਰੈਸਟ ਕੀਤਾ, ਤਾਂ ਗੁਰਮਿੰਦਰ ਭਾਟੀਆ ਅਤੇ ਦੂਜਾ ਸ਼ਿੰਗਾਰਾ ਸਿੰਘ, ਇਹ ਦੋਵੇਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੇ। ਤਾਂ ਉੱਥੇ ਡੀ ਐਸ ਪੀ ਨਵਾਂਸ਼ਹਿਰ ਨੇ ਮੌਕੇ 'ਤੇ ਆ ਕੇ ਜਿਹੜੀ ਇਹ ਬਰਾਮਦਗੀ ਕਰਾਈ ਹੈ, ਟੋਟਲ ਜਿਹੜੀ 1000 ਕੇ ਜੀ ਹੈ। ਇਸ ਤੋਂ ਬਾਅਦ ਅਸੀਂ ਇਹਨਾਂ ਦੀ ਪੁੱਛਗਿੱਛ ਵੀ ਕਰ ਰਹੇ ਹੈਗੇ ਹਾਂ, ਅਤੇ ਫਾਰਵਰਡ ਅਤੇ ਬੈਕਵਰਡ ਲਿੰਕ ਜਿਹੜੇ ਹੈਗੇ ਉਹ ਵੀ ਸਟੈਬਲਿਸ਼ ਕਰ ਰਹੇ ਹਾਂ। ਜੋ ਹੁਣ ਤੱਕ ਦੀ ਪੁੱਛਗਿੱਛ ਤੋਂ ਸਾਹਮਣੇ ਆਇਆ ਕਿ ਪਿੱਛੋਂ ਰਾਜਸਥਾਨ ਤੋਂ ਜਿਹੜਾ ਹੈਗਾ ਇਹ ਪੋਪੀ ਹਸਕ ਲੈ ਕੇ ਆ ਰਹੇ ਸੀ, ਅਤੇ ਅੱਗੇ ਕਿੱਥੇ ਇਹਨਾਂ ਨੇ ਸਪਲਾਈ ਕਰਨਾ ਸੀ ਉਹ ਸਾਰਾ ਵੀ ਅਸੀਂ ਪੁੱਛਗਿੱਛ ਦੇ ਵਿੱਚ ਲੈ ਕੇ ਆਵਾਂਗੇ। ਇਹ ਜਿਹੜਾ ਇਹਨਾਂ 'ਤੇ ਹੁਣ ਤੱਕ ਸਾਡੀ ਜਾਂਚ ਦੇ ਵਿੱਚ ਇਹਨਾਂ ਦੇ ਖਿਲਾਫ਼ ਪਹਿਲਾਂ ਹਜੇ ਤੱਕ ਕੋਈ ਪਰਚਾ ਨਹੀਂ ਹੈ। ਇਹਦੇ ਵਿੱਚ ਇੱਕ ਦੋਸ਼ੀ ਹੋਰ ਹੈ ਜਿਹਦਾ ਨਾਮ ਸਾਹਮਣੇ ਆਇਆ, ਜਿਨ੍ਹਾਂ ਨੇ ਇਹਨੂੰ ਕਿਹਾ ਸੀਗਾ ਇਹ ਪੋਪੀ ਹਸਕ ਲਿਆਉਣ ਲਈ, ਉਹਦਾ ਨਾਂ ਦਵਿੰਦਰ ਕੁਮਾਰ ਉਰਫ ਲਾਲਾ, ਅਤੇ ਉਹ ਸਲੋ ਰੋਡ ਨਵਾਂਸ਼ਹਿਰ ਦਾ ਰਹਿਣ ਵਾਲਾ ਹੈਗਾ, ਅਤੇ ਉਹ ਵੀ ਐਕਿਊਜ਼ ਨਾਮਜ਼ਦ ਕਰ ਲਿਆ ਸੀ ਐੱਫ ਆਈ ਆਰ ਦੇ ਵਿੱਚ, ਅਤੇ ਉਹਨੂੰ ਵੀ ਫੜ ਕੇ ਉਸ ਤੋਂ ਵੀ ਪੁੱਛਗਿੱਛ ਕੀਤੀ ਜਾਵੇ। ਕਿਹਦੀ? ਨਹੀਂ, ਦਵਿੰਦਰ ਕੁਮਾਰ ਹਜੇ ਅਰੈਸਟ ਨਹੀਂ ਹੋਇਆ, ਅਤੇ ਉਹਨੂੰ ਨਾਮਜ਼ਦ ਅਸੀਂ ਐਕਿਊਜ਼ ਜਿਹੜਾ ਹੈਗਾ ਅਸੀਂ ਦੋਸ਼ੀ ਰੱਖਿਆ ਆਪਣੇ ਮੁਕੱਦਮੇ 'ਚ, ਉਹਨੂੰ ਵੀ ਜਲਦੀ ਤੋਂ ਜਲਦੀ ਅਰੈਸਟ ਕਰ ਲਿਆ। ਉਹ ਡਿਟੇਲ ਹੈ ਜੀ, ਉਹ ਤੁਹਾਨੂੰ ਅਸੀਂ ਪ੍ਰੋਵਾਈਡ ਕਰਵਾ ਦਾਂਗੇ ਬਾਅਦ ਦੇ ਵਿੱਚ, ਬਟ ਹੈ ਕਿ ਜਿਹੜੀ ਹੁਣ ਤੱਕ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕਰਤਾ, ਅਤੇ ਇਹਨਾਂ ਦਾ ਉਹਦੇ ਵਿੱਚ ਜੋ ਵੀ ਰਿਮਾਂਡ ਮਿਲਦਾ ਉਸ ਤੋਂ ਬਾਅਦ ਪੁੱਛਗਿੱਛ ਕਰਕੇ ਸਾਰੀ ਡਿਟੇਲ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ। ਇਹ ਜੋ ਅਸੀਂ ਤਾਂ ਪੁੱਛਗਿੱਛ ਕੀਤੀ ਹੈ, ਇਹ ਪਹਿਲਾਂ ਵੀ ਜਿਹੜਾ ਹੈਗਾ ਉੱਥੋਂ ਲੈ ਕੇ ਆਉਂਦੇ ਰਹੇ ਨੇ, ਬਟ ਕਿੰਨੀ ਵਾਰੀ ਲੈ ਕੇ ਆਏ ਹੈ ਉੱਤੇ ਕਿੰਨੇ ਟਾਈਮ ਤੋਂ ਕਰ ਰਹੇ ਹੈ ਉਹ ਸਾਰਾ ਡਿਟੇਲ ਹਜੇ ਅਸੀਂ ਲੈਣੀ ਹੈ ਇਹਨਾਂ ਕੋਲ। ਇਹ ਜਿੱਥੋਂ ਲੈ ਕੇ ਆਏ ਰਾਜਸਥਾਨ ਤੋਂ, ਬਟ ਇਹ ਜਿਹੜਾ ਦਵਿੰਦਰ ਹੈ ਉਹਨੇ ਵੀ ਮੰਗਵਾਇਆ ਸੀ, ਜਦੋਂ ਉਹਨੂੰ ਅਰੈਸਟ ਕਰਾਂਗੇ ਤਾਂ ਉਸ ਤੋਂ ਹੀ ਗੱਲਾਂ ਸਾਹਮਣੇ ਆਉਣਗੀਆਂ ਕਿ ਅੱਗੇ ਕਿੱਥੇ ਦੇਣਾ ਸੀ ਜਾਂ ਇਹਨਾਂ ਨੇ। ਇਹ ਦਵਿੰਦਰ ਨੇ ਕਿਹਾ ਸੀਗਾ ਇਹਨਾਂ ਨੂੰ, ਇਹਨਾਂ ਤੋਂ ਜਿਹੜੀ ਪੁੱਛਗਿੱਛ ਤੋਂ ਮੁਤਾਬਕ ਕਿ ਦਵਿੰਦਰ ਨੇ ਜਿਹੜਾ ਇਹ ਲੋਕੇਸ਼ਨ ਚੂਜ਼ ਕੀਤੀ ਸੀ, ਜਦੋਂ ਦਵਿੰਦਰ ਅਰੈਸਟ ਹੋਏਗਾ ਤਾਂ ਇਹ ਸਾਰੇ ਵੀ ਜਿਹੜੇ ਖੁਲਾਸੇ ਹੋ ਜਾਣਗੇ। ਕਿਤਨੇ ਪਰਚੇ, ਕਿੰਨੇ ਕਮਾਉਂਦੇ ਸੀ? ਨਹੀਂ, ਪ੍ਰਾਈਸ ਦਾ ਨਹੀਂ ਹਜੇ ਸਾਨੂੰ ਕਲੀਅਰ ਨਹੀਂ। ਕਿੰਨੇ ਕਲੀਅਰ ਗਏ ਸੀ? ਹਾਂਜੀ, ਕੀਮਤ ਦੱਸਿਆ ਨਹੀਂ ਕਿੰਨੇ ਕਲੀਅਰ? ਨਹੀਂ, ਉਹ ਹਜੇ ਪੁੱਛਗਿੱਛ ਕਰਨੀ ਬਾਕੀ ਹੈ ਜੀ, ਉਸ ਤੋਂ ਬਾਅਦ ਹੀ ਸਾਰਾ ਕਲੀਅਰ। ਮਾਲ ਸਾਹਿਬ ਲੋਕਲ ਵੰਡਣਾ ਸੀ ਜਾਂ ਕਿੱਥੇ ਵੰਡਣਾ ਸੀ? ਇਹ ਸਾਰਾ ਜੀ ਵੀ ਹਜੇ ਪੁੱਛਗਿੱਛ ਦਾ ਪਾਰਟ ਹੈ, ਉਹ ਸਾਰਾ ਪੁੱਛਗਿੱਛ ਤੋਂ ਬਾਅਦ ਜਿੱਦਾਂ ਵੀ ਹੋਏਗਾ ਤੁਹਾਨੂੰ ਅਸੀਂ ਰਿਮਾਂਡ ਕਿੰਨੇ ਮਿਲਿਆ ਸਰ? ਰਿਮਾਂਡ ਪੇਸ਼ ਕਰਨੇ ਹੁਣ ਪੇਸ਼ ਕਰਕੇ ਜਿਹੜਾ ਹੈਗਾ ਉਹਨਾਂ ਦਾ ਰਿਮਾਂਡ ਵੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਦਿਨ ਦਾ ਲਵਾਂਗੇ, ਤਾਂ ਕਿ ਜਿਹੜਾ ਅੱਗੋਂ ਸਾਰਾ ਖੁਲਾਸਾ ਹੋ ਸਕੇ। ਇਹ ਟਰੱਕ ਕਿੱਥੇ ਦਾ ਸੀ? ਹਾਂਜੀ, ਟਰੱਕ ਕਿੱਥੇ ਦਾ ਸੀਗਾ? ਲੋਕਲ ਟਰੱਕ ਸੀ ਕਿ ਬਾਅਦ ਨੰਬਰੀ ਟਰੱਕ? ਨੰਬਰੀ ਟਰੱਕ ਹੈਗਾ, ਇਹ ਪੰਜਾਬ ਦਾ ਟਰੱਕ ਹੈ, PB02 ਅੰਮ੍ਰਿਤਸਰ ਦਾ ਟਰੱਕ ਹੈਗਾ, ਉਹ ਵੀ ਅਸੀਂ ਦੇਖਾਂਗੇ ਕਿਹਦੇ ਨਾਮ ਦੇ ਉੱਤੇ ਹੈਗਾ ਉਹ ਸਾਰਾ ਅਸੀਂ। ਨਹੀਂ ਜੀ, ਨਹੀਂ, ਬਿਲਕੁਲ ਜਿਹੜਾ ਹੈਗਾ ਹੌਟਸਪੋਟ ਪਿੰਡਾਂ ਦੇ ਵਿੱਚ ਜੋ ਵੀ ਸਾਡੀ ਕਾਰਵਾਈ ਚੱਲ ਰਹੀ ਹੈ, ਜਿੱਥੇ ਕਿਤੇ ਅਸੀਂ ਨਾਕੇ ਲਾਏ ਹੈ ਜਾਂ ਕਸ ਓਪਰੇਸ਼ਨ ਕੀਤੇ ਹੈ
ਜਾਂ ਕੋਈ ਹੋਰ ਸਾਡੇ ਜਿਹੜੇ ਵੀ ਪ੍ਰੀਵੈਂਟਿਵ ਐਕਸ਼ਨ ਚੱਲਦੇ ਪਏ ਆ ਉਹ ਬਿਲਕੁਲ ਉਸੇ ਤਰ੍ਹਾਂ ਚੱਲਦੇ ਰਹਿਣਗੇ ਜੀ। ਇਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਇਸ ਸਾਲ ਦੇ ਵਿੱਚ ਹੁਣ ਤੱਕ ਜਿਹੜੇ 527 NDPS ਦੀਆਂ FIR ਅਸੀਂ ਰਜਿਸਟਰ ਕਰ ਲਈਆਂ ਨੇ ਅਤੇ ਜਿਹਦੇ ਵਿੱਚ 611 ਦੋਸ਼ੀ ਜਿਹੜੇ ਹੈਗੇ ਉਹ ਅਸੀਂ ਅਰੈਸਟ ਕੀਤੇ ਆ ਅਤੇ ਜਿਹੜਾ ਇਹ ਲਗਾਤਾਰ ਹੈ ਇਹਨਾਂ ਦੇ ਖਿਲਾਫ ਜਿਹੜੀ ਸਾਡੀ ਕਾਰਵਾਈ ਇਸ ਤਰ੍ਹਾਂ ਹੀ ਚੱਲਦੀ ਰਹੇਗੀ। ਇਹ ਦਵਿੰਦਰ ਕੁਛ ਨਹੀਂ ਜੀ, ਇਹ ਜਿਹੜਾ ਸਾਨੂੰ ਲੱਗਦਾ ਕਿ ਇਹ ਟਰੱਕ ਵੀ ਨਹੀਂ ਪਾਇਆ ਸੀ ਅਤੇ ਕੋਈ ਫੀਡ ਵਗੈਰਾ ਉੱਧਰੋਂ ਮੰਗਵਾਈ ਹੈ ਉਹਦੇ ਵਿੱਚ ਹੀ ਇਹ ਜਿਹੜਾ ਨਾਲ ਇਹ ਪੋਪੀ ਹਸਤੀ ਲੈ ਕੇ ਇਸ ਤੋਂ ਪਹਿਲਾਂ ਹਜੇ ਤੱਕ ਸਾਡੇ ਧਿਆਨ 'ਚ ਕੋਈ ਨਹੀਂ ਜੋ ਇਸ 'ਤੇ ਪਹਿਲਾਂ ਪਰਚਾ ਨਹੀਂ ਇਹਦੇ ਬਾਰੇ ਹਜੇ ਕੁਛ ਨਹੀਂ ਸਾਹਮਣੇ ਆਇਆ ਜੀ। ਬਹੁਤ ਜ਼ਿਆਦਾ ਕੁਆਂਟੀ, ਹਾਂਜੀ ਉਹ ਵੀ ਸਾਰੀ ਗੱਲ ਅਸੀਂ ਕਲੀਅਰ ਕਰਾਂਗੇ। ਇਹ ਜੀ ਸਾਡੇ ਹਜੇ ਤੱਕ ਤਾਂ ਇਹ ਕਿ ਪਹਿਲਾਂ ਵੀ ਮੰਗਵਾਉਂਦਾ ਰਿਹਾ ਬਟ ਕਿੰਨਾ ਮੰਗਵਾਉਂਦਾ ਰਿਹਾ ਜਾਂ ਕਿੰਨੀ ਵਾਰੀ ਆਇਆ ਉਹ ਸਾਰੀ ਚੀਜ਼ ਅਸੀਂ ਕਲੀਅਰ ਕਰਾਂਗੇ।